गुरदासपुर पुलिस ने सूचना के आधार से वड्डी कार्रवाई करते हुए कस्बा तारीवाल के कोल नजायज तौर पर चार ही बुचरखाने का पर्दाफाश किया। इस विच जिउंदियां गऊआं तक नूं मार दिता जांदा सी। पुलिस ने बुचरखाने विच काम करदे तीन लोगों नूं गिरफ्तार करके तफतीश शुरू कर दी है। ਟੈਂਪੂ ਵਾਲੇ ਗੱਡੀ ਲੈ ਕੇ ਤੇ ਪੂਰਾ ਕੀ ਹੋਇਆ ਅੱਜ ਹਾਂਜੀ ਅੱਜ ਕੀ ਹੋਇਆ ਅੱਜ ਐਸਾ ਹੋਇਆ ਜੀ ਮੈਂ ਮੋਟਰਸਾਈਕਲ 'ਤੇ ਆ ਰਿਹਾ ਤਾ ਗੱਡੀ ਹੈ ਇਨਕੋ ਪਲਟੀ ਮਾਰਨੀ ਤੀ ਸੁਕਾਉਣੀ ਤੀ ਇਨਕੋ ਗੱਡੀ ਕੋ ਫਿਰ ਜੋ ਇੱਧਰ ਡਾਲਨੀ ਤੀ ਠੀਕ ਹੈ ਜੀ ਉਹ ਗਾਡੀਆਂ 'ਤੇ ਇੱਧਰ ਜੇ ਬੰਦੇ ਥੇ ਯਹਾਂ ਤੀ ਦੋਨੋਂ ਤੋ ਉਹਨਾਂ ਨੇ ਮੇਰੇ ਫੜ ਲਿਆ ਤਾ ਬਾਅਦ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰ ਮੈਂ ਜੇ 5 ਸਾਲ ਹੋ ਗਏ ਇੱਥੇ ਗਾਈਆਂ ਵੀ ਵੱਢਦੇ ਹੋ ਬਾਜੀ ਇਹ ਤੁਹਾਡੇ ਸਾਹਮਣੇ ਹੈ ਜੋ ਕੁਛ ਹੈ ਉਦੋਂ ਜਿਹਦੇ ਸਬੂਤ ਸਾਹਮਣੇ ਹੈ ਐਸੀ ਬਾਤ ਨਹੀਂ ਜਿੰਦੀਆਂ ਗਈਆਂ ਵੱਢਦੇ ਹੋ ਕਿ ਮਰੀਆਂ ਨਹੀਂ ਜੀ ਨਹੀਂ ਜਿੰਦਿਆਂ ਕੋਈ ਨਾ ਸੀ ਇੱਧਰ ਅੱਜ ਪੁਲਿਸ ਨੇ ਆ ਕੇ ਰੇਡ ਕੀਤੀ ਕਿਹਦਾ ਅੱਡਾ ਹੋਇਆ ਅੱਡਾ ਉਸਕਾ ਨਾਮ ਹੈ ਸਰਪੰਚ ਕਾ ਹੈ ਕੀ ਨਾਮ ਤੇਰਾ ਜੋਨ ਮਸੀਹ ਸਰ ਦੱਸ ਕੀ ਕਰਦਾ ਇੱਥੇ ਸਰ ਇਹ ਹੱਡੀ ਹੁੱਡੀ ਦਾ ਨਾਲ ਰੂੜੀ ਡਾਡ ਦਾ ਕੰਮ ਨਾਲ ਡੰਗਰ ਮਾੜੇ ਮੁੜੇ ਚੁੱਕ ਕੇ ਲਿਆਉਣੇ ਸਰ ਕੀ ਕਰਦੇ ਉੱਥੇ ਹੱਡੀ ਦਾ ਹੱਡੀ ਸਰ ਯੂਪੀ ਜਾਪੀ ਜਾਂਦੀ ਹੈ ਸੌਰ ਕੇ ਗਾਈਆਂ ਦਾ ਫਿਰ ਕਿਸ ਤਰ੍ਹਾਂ ਮਰੀਆਂ ਵਰਤਦੇ ਹੋ ਕਿ ਜਿੰਦੀਆਂ ਨਹੀਂ ਮਰੀਆਂ ਸਰ ਬੋਲਦੇ ਨੇ ਉਹ ਸਾਹਮਣੇ ਤਾਂ ਹਲੇ ਵੀ ਸਾਹ ਲੈਣ ਡਈ ਜਿਹੜੀ ਧੌਣ ਤੋੜੀ ਉਹ ਸਾਹਮਣੇ ਤਾਂ ਹਲੇ ਵੀ ਸਾਹ ਲੈਣ ਡਈ ਸਰ ਸਾਨੂੰ ਤਾਂ ਕੰਮ ਹੀ ਕਰਦੇ 3-4 ਮਹੀਨੇ ਹੋਏ ਸਰ ਦਿਹਾੜੀ ਤੇ ਰੂੜੀ ਦਾੜੀ ਸੁੱਟਣ ਆਹ ਤੇ ਹਜੇ ਜਿੰਦੀਆਂ ਜਦੋਂ ਵਿਆਹ ਕਰਾਉਣ ਡਏ ਜਦੋਂ ਸਿਰ ਫੜਿਆ ਇਹ ਸਰ ਸਾਨੂੰ ਨਹੀਂ ਪਤਾ ਕਿੱਥੇ ਹੋ ਗਿਆ ਉਹ ਹਲੇ ਉਧਰ ਸਾਹ ਲੈਣ ਡਈ ਪਿੱਛੇ ਜਿੰਦੀਆਂ ਗਊਆਂ ਦੀਆਂ ਧੌਣਾਂ ਤੋੜੀਆਂ ਵਾ ਜ਼ਮੀਨ ਵੀ ਕਿਸੇ ਦੀ ਇਹਨਾਂ ਨੇ ਕਬਜ਼ਾ ਕੀਤਾ ਵਾ ਜ਼ਮੀਨ ਵੀ ਇੱਥੋਂ ਲੱਗੇ ਕਿਸੇ ਬੰਦੇ ਦੀ ਜ਼ਮੀਨ ਹਾਂ ਜੀ ਕੀ ਮਾਮਲਾ ਵਾ ਕੀ ਹੋਇਆ ਕੀ ਹੈ ਦੇਖੋ ਨਵਰਾਤਰਿਆਂ ਦੇ ਦਿਨ ਚੱਲ ਰਹੇ ਨੇ ਅਤੇ SSP ਸਾਹਿਬ ਗੁਰਦਾਸਪੁਰ ਵੱਲੋਂ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਜਿਹਦੇ ਵਿੱਚ DSP ਡੀ ਸਾਹਿਬ SHO ਸਾਰੇ ਇਲਾਕੇ ਦੇ ਉਹਨਾਂ ਨੇ ਇੱਕ ਭੰਡਾ ਫੋੜ ਕੀਤਾ ਜਿਹੜਾ ਇੱਥੇ ਧਾਰੀਵਾਲ ਦੇ ਵਿੱਚ ਬੜੇ ਵੱਡੇ ਹਾਈ ਲੈਵਲ ਦੇ ਵਿੱਚ ਬੁੱਚੜਖਾਨਾ ਚੱਲ ਰਿਹਾ ਸੀ ਜਿਹਦੇ ਵਿੱਚ ਜਿੰਦੀਆਂ ਗਊ ਮਾਤਾ ਨੂੰ ਮਾਰਿਆ ਜਾ ਰਿਹਾ ਮਰੀਆਂ ਗਊ ਮਾਤਾ ਦੀ ਆੜ ਦੇ ਵਿੱਚ ਇਹ ਜਿੰਦੀਆਂ ਗਊ ਮਾਤਾ ਨੂੰ ਮਾਰ ਕੇ ਮੀਟ ਵੇਚ ਰਹੇ ਨੇ ਦਿੱਲੀ ਦੇ ਵਿੱਚ ਜਿੰਦੀਆਂ ਗਊਆਂ ਨੂੰ ਵੀ ਭੇਜ ਰਹੇ ਨੇ ਬੜੇ ਵੱਡੇ ਲੈਵਲ 'ਤੇ ਪੈਮਾਨੇ 'ਤੇ ਕੰਮ ਕਰ ਰਿਹਾ ਨਿਆਮਤ ਮਸੀਹ ਇਹਦੇ ਖਿਲਾਫ਼ ਅੱਗੇ ਵੀ ਕਈ ਮਾਮਲੇ 295 ਦੇ ਦਰਜ ਨੇ ਅਸੀਂ ਪੰਜਾਬ ਪੁਲਿਸ ਦੇ SSP ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਇਹਨਾਂ ਦਾ ਜਿਹੜਾ ਕੰਮ ਕਰ ਰਿਹਾ ਸੀ ਉਹਦਾ ਭੰਡਾ ਫੋੜ ਕੀਤਾ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਲਗਾਤਾਰ ਗਊ ਮਾਤਾ ਦੀ ਹੱਤਿਆ ਹੋ ਰਹੀ ਹੈ ਲਗਾਤਾਰ ਗਊਆਂ ਨੂੰ ਮਾਰਿਆ ਜਾ ਰਿਹਾ ਹੁਣ ਤੁਸੀਂ ਦੇਖ ਰਹੇ ਹੋ ਸਾਹਮਣੇ ਹੁਣੇ ਜਿੰਦੀ ਗਊ ਸੀ ਉਹਦੀ ਧੌਣ ਤੋੜ ਦਿੱਤੀ ਗਈ ਉਹ ਉਹਦੀ ਗਊ ਮਾਤਾ ਦੀ ਹੁਣ ਡੈਥ ਹੋ ਚੁੱਕੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ CM ਚੰਨੀ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਚੰਨੀ ਸਾਹਿਬ ਕਿ ਪੰਜਾਬ ਦੇ ਵਿੱਚ ਲਗਾਤਾਰ ਗਊ ਮਾਤਾ ਦੀ ਹੱਤਿਆ ਹੋ ਰਹੀ ਹੈ ਇਹਨੂੰ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਕਿਸ ਤਰ੍ਹਾਂ ਦੇਖੋ ਸੁਣਨ 'ਚ ਗੱਲ ਆਈ ਹੈ ਕਿ 7-8 ਜਿੰਦੀਆਂ ਗਈਆਂ ਫੜੀਆਂ ਗਈਆਂ ਅਤੇ 2-3 ਅੱਧ ਤੁਹਾਡੇ ਸਾਹਮਣੇ ਇੱਥੇ ਮਰੀਆਂ ਪਈਆਂ 2-3 ਦੇ ਉੱਥੇ ਮੀਟ ਪਿਆ ਦਾ ਉੱਥੇ ਗਊ ਮਾਤਾ ਦਾ ਜਿਹੜੀ ਖੱਲ ਆ ਉੱਥੇ ਸੁੱਟੀ ਪਈ ਆ ਆਹ ਕਿੱਡਾ ਵੱਡਾ ਕਾਰੋਬਾਰ ਤੁਸੀਂ ਆਹ ਦੇਖੋ ਕਿੱਡਾ ਵੱਡਾ ਕਾਰੋਬਾਰ ਉਹਦਾ ਚੱਲ ਰਿਹਾ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਅਤੇ ਜਿਹੜੇ ਸਾਡੇ ਨਾਨਕ ਸਿੰਘ ਜੀ IPS ਅਫਸਰ ਨੇ ਗੁਰਦਾਸਪੁਰ 'ਤੇ ਆਏ ਉਹਨਾਂ ਨੇ ਇੱਕ ਸਾਡੇ ਧਾਰੀਵਾਲ ਨੂੰ ਤੋਹਫਾ ਦਿੱਤਾ ਕਿਉਂਕਿ ਰੋਗ ਇੰਨੇ ਕੁ ਦੁਖੀ ਸੀ ਕਿ ਰਾਤ ਨੂੰ 8 ਵਜੇ ਜਦੋਂ ਸ਼ਹਿਰ ਦੇ ਵਿੱਚ ਜਦੋਂ ਥੋੜ੍ਹਾ ਹਨੇਰਾ ਹੁੰਦਾ ਸੀ ਇੰਨੀ ਸਮੈਲ ਇੱਥੇ ਆਉਂਦੀ ਸੀ ਹੱਡੀਆਂ ਨੂੰ ਸਾੜਿਆ ਜਾ ਰਿਹਾ ਗਊ ਮਾਤਾ ਦੀ ਰੋਜ਼ ਲਗਾਤਾਰ ਇੱਥੇ ਮਾਰਿਆ ਜਾ ਰਿਹਾ ਕੀ ਸਮਝਦੇ ਕਿਉਂ ਪਹਿਲਾਂ ਕਿਉਂ ਨਹੀਂ ਕਾਰਵਾਈ ਹੋਈ ਜਦੋਂ ਇੱਥੇ ਚੱਲ ਰਿਹਾ ਸੀ ਦੇਖੋ ਮੈਂ ਪਹਿਲਾਂ ਵੀ ਆਲੋਵਾਲ ਦੇ ਵਿੱਚ ਜਦੋਂ ਕਾਂਡ ਹੋਇਆ ਉਦੋਂ ਵੀ ਕਾਰਵਾਈ ਕਰਾਈ 1-2 ਵਾਰੀ ਮੈਂ ਇੱਥੇ ਪਹਿਲਾਂ ਵੀ ਕਾਰਵਾਈ ਕਰਾਈ ਅਤੇ ਥੋੜ੍ਹੀ ਦੇਰ ਤੋਂ ਸਾਨੂੰ ਪਤਾ ਸੀ ਅਸੀਂ ਇਹਦੀ ਲਗਾਤਾਰ ਇਹਦੀ ਰੇਕੀ ਕਰ ਰਹੀ ਸੀ ਕਿਉਂਕਿ ਜਿਹੜੇ ਇਹ ਲੋਕ ਕ੍ਰਿਮੀਨਲ ਲੋਕ ਨੇ ਇਹ ਬੜੇ ਸ਼ਾਤਰ ਲੋਕ ਨੇ ਇਹ ਹਮੇਸ਼ਾ ਹੀ ਚਕਮਾ ਦੇ ਕੇ ਇਹੋ ਜਿਹਾ ਕੰਮ ਕਰ ਰਹੇ ਆ ਜਿਹੜਾ ਅੱਜ SSP ਸਾਹਿਬ ਨੇ ਕੰਮ ਕੀਤਾ ਅਸੀਂ ਉਹਦਾ ਸ਼ਲਾਘਾ ਯੋਗ ਹੈ ਪਰ ਇਹ ਜਿਹੜਾ ਅੱਡਾ ਜਿਹੜਾ ਇਹ ਬੁੱਚੜਖਾਨਾ ਚੱਲ ਰਿਹਾ ਇਹ ਇੱਥੋਂ ਦੇ ਕਿਸੇ ਜੱਟ ਜ਼ਿਮੀਦਾਰ ਦਾ ਜਿਹੜੀ ਜਗ੍ਹਾ ਜਿਹਦੀ ਕੁਰਕੀ ਵੀ ਹੋ ਚੁੱਕੀ ਆ ਪਰ ਫਿਰ ਵੀ ਉਹ ਬਦਮਾਸ਼ੀ ਦੇ ਨਾਲ ਨਿਆਮਤ ਮਸੀਹ ਜਿਹੜਾ ਇੱਥੇ ਅੱਡਾ ਚਲਾ ਰਿਹਾ ਅਤੇ ਅਸੀਂ SSP ਸਾਹਿਬ ਨੂੰ ਹੁਣੇ 11 ਵਜੇ ਮੰਗ ਪੱਤਰ ਦੇ ਰਹੇ ਹਾਂ ਉਹਦੇ ਵਿੱਚ ਕਹਿ ਰਹੇ ਹਾਂ ਕਿ ਇਹ ਜਿਹੜਾ ਅੱਡਾ ਬੰਦ ਕੀਤਾ ਜਾਏ ਅਤੇ ਜਿਹੜੀਆਂ ਗਊ ਮਾਤਾ ਦੀ ਡੈਥ ਹੋਈ ਆ ਉਹਨੂੰ ਹਿੰਦੂ ਰੀਤੀ ਰਿਵਾਜ਼ਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਪਤਾ ਲੱਗਾ ਸੀ ਕੋਈ ਧਾਰੀਵਾਲ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਬੁੱਚੜਖਾਨੇ ਸਰ ਕੀ ਕਾਰਵਾਈ ਧਾਰੀਵਾਲ ਪੁਲਿਸ ਨੇ ਇੱਕ ਨਿਆਮਤ ਮਸੀਹ ਦਾ ਸ਼ਖਸ ਹੈ ਜਿਹੜੇ ਕਿ ਹੱਡ ਰੋੜੇ ਦਾ ਕੰਮ ਕਰਦਾ ਹੱਡ ਰੋੜੇ ਦੀ ਆੜ ਵਿੱਚ ਗਾਈਆਂ ਨੂੰ ਮਾਰ ਕੇ ਅਤੇ ਉਸਦਾ ਵਪਾਰ ਕਰਦਾ ਜਿਹੜਾ ਮੀਟ ਵਗੈਰਾ ਦਾ
उसते उन्होंने कोई पकड़िया तो उसकी कार्रवाई कर रहे हैं। सर चल रही है मैं।